ਕਲਜੂ ਮਰ ਚਿੱਟੇ ਤੋਂ ਪਰੇਚ ਆਈ ਕਿਉਂ ਦਾਰੂ ਦੂਰੂ ਪੀਂਦਾ ਹੋਵੇ ਚਲਜੂ ਕੀ ਅਸੀਂ ਨਹੀਂ ਜਾਣਦੇ ਕਿ ਦਾਰੂ ਦਾ ਨਸ਼ਾ ਨਹੀਂ ਤਾਂ ਮਾਰੂ ਨਸ਼ਾ ਹੈ ਹਰੇਕ ਵੱਡੇ ਤੋਂ ਵੱਡੇ ਨਸ਼ੇਰੀ ਦੀ ਸ਼ੁਰੂਆਤ ਦਾਰੂ ਦੇ ਇੱਕ ਪੈਗ ਤੋਂ ਹੁੰਦੀ ਹੈ ਸਾਡੀ ਸਭ ਤੋਂ ਵੱਡੀ ਤ੍ਰਾਸਦੀ ਦੀ ਗੱਲ ਇਹ ਰਹੀ ਹੈ ਕਿ ਜਿਨ੍ਹਾਂ ਚੀਜ਼ਾਂ ਦੇ ਉੱਤੇ ਸਾਨੂੰ ਸਭ ਤੋਂ ਵੱਧ ਸ਼ਰਮ ਕਰਨੀ ਚਾਹੀਦੀ ਹੈ ਅਸੀਂ ਆਪਣੇ ਗਾਣਿਆਂ ਦੇ ਵਿੱਚ ਉਹਨਾਂ ਚੀਜ਼ਾਂ ਉੱਤੇ ਹੀ ਮਾਣ ਕਰੀ ਜਾ ਰਹੇ ਹਾਂ ਸਾਡੇ ਲਈ ਸਭ ਤੋਂ ਵੱਧ ਸ਼ਰਮ ਦੀਆਂ ਚੀਜ਼ਾਂ ਨੇ ਬਦਮਾਸ਼ੀ ਆਯਾਸ਼ੀ ਤੇ ਆਸ਼ਕੀ ਤੇ ਆਪਣੇ ਗਾਣਿਆਂ ਦੇ ਵਿੱਚ ਅਸੀਂ ਉਹਨਾਂ ਤੇ ਹੀ ਮਾਣ ਕਰੀ ਜਾ ਰਹੇ ਹਾਂ ਅੱਜ ਕੱਲ ਆਯਾਸ਼ੀ ਨੂੰ ਪ੍ਰਮੋਟ ਕਰਦੇ ਹੋਏ ਗਾਣੇ ਆਉਂਦੇ ਨਾ ਪਿੱਛੇ ਜੇ ਗਾਣਾ ਆਇਆ ਸੀ ਨੀਲਾ ਕੇ ਤੈਨ ਪੈਗ ਬੱਲੀਏ ਪੈਂਦੇ ਭੰਗੜੇ ਗੱਡੀ ਦੀ ਵਿੱਚ ਖੋਲ ਉਹ ਤੁਹਾਡੇ ਟੀਵੀਆਂ ਦੇ ਮਾਧਿਅਮ ਦੇ ਜ਼ਰੀਏ ਤੁਹਾਡੇ ਘਰਾਂ ਦੇ ਵਿੱਚ ਵੜ ਕੇ ਤੁਹਾਨੂੰ ਇਹ ਸਮਝਾ ਰਹੇ ਨੇ ਕਿ ਤਿੰਨ ਪੈਗ ਦਾ ਨਸ਼ਾ ਕੋਈ ਨਸ਼ਾ ਹੀ ਨਹੀਂ ਹੁੰਦਾ ਤੇ ਜੇ ਤੁਸੀਂ ਤਿੰਨ ਪੈਗ ਨਾ ਲਾਏ ਤੇ ਤੁਹਾਡੇ ਕੋਲ ਭੰਗੜੇ ਨਹੀਂ ਪੈਣੇ ਤੁਸੀਂ ਹੀਰੋ ਹੀ ਹੈ ਨਹੀਂ ਆਯਾਸ਼ੀ ਨੂੰ ਪ੍ਰਮੋਟ ਕਰਦੇ ਹੋਏ ਗਾਣੇ ਆਉਂਦੇ ਨੇ ਬੜੀ ਸ਼ਰਮ ਦੇ ਨਾਲ ਕਹਿਣਾ ਪੈਂਦਾ ਹੈ ਕਿ ਸਾਡੀਆਂ ਧੀਆਂ ਭੈਣਾਂ ਜਿਨ੍ਹਾਂ ਨੇ ਮਾਤਾ ਗੁਜਰੀ ਦੀਆਂ ਵਾਰਸਾਂ ਬੰਨਾ ਸੀ ਉਹ ਗਾਣੇ ਕਿਹੋ ਜਿਹੇ ਸੁਣਦੀਆਂ ਨੇ ਤੇਰੇ ਘੱਗਰੇ ਦੀ ਵੀ ਲਾਉਣ ਭੇਜ ਗਈ ਮੇਰੇ ਘੱਗਰੇ ਦੀ ਵੀ ਲਾਉਣ ਭੇਜ ਗਈ ਆ ਤੇਰੀ ਹੇਕੇ ਉੱਤੇ ਵੀ ਮੈਂ ਸੌਣ ਗਿੱਜ ਗਈ ਅੱਜ ਥੋੜੇ ਦਿਨ ਪਹਿਲਾਂ ਗਾਣਾ ਲਾਇਆ ਸੀ ਤੂੰ ਤਾਂ ਫੋਨ ਆਫ ਕਰ ਸੌਂ ਗਿਆ ਵੀ ਮੈਂ ਪੀਜੀ ਨੂੰ ਲੈ ਜਾ ਕੱਟੀ ਰਾਤ ਇਹੋ ਜਿਹਾ ਗਾਣਾ ਸੁਣਨ ਤੋਂ ਪਹਿਲਾਂ ਨਾ ਉਹਨਾਂ ਮਾਪਿਓ ਦੇ ਬਾਰੇ ਸੋਚ ਲਿਆ ਕਰ ਜਿਨ੍ਹਾਂ ਦੀਆਂ ਧੀਆਂ ਪੀਜੀਆਂ 'ਚ ਪੜ੍ਹਦੀਆਂ ਸਾਰੀ ਸਾਰੀ ਰਾਤ ਉਹਨਾਂ ਨੂੰ ਆ ਗਾਣਾ ਸੁਣ ਕੇ ਨੀਂਦ ਨਹੀਂ ਆਉਂਦੀ ਹੁਣ ਤੇ ਕੁਝ ਮਾਪਿਓ ਤੇ ਇਹੋ ਜਿਹੇ ਵੀ ਹੋਣਗੇ ਜਿਹੜੇ ਇਹ ਗਾਣੇ ਸੁਣ ਕੇ ਆਪਣੀਆਂ ਧੀਆਂ ਨੂੰ ਪੰਨੋਂ ਹਟਾ ਲੈਂਦੇ ਹੋਣ ਇਹਦਾ ਜ਼ਿੰਮੇਵਾਰ ਕੌਣ ਹੈ ਉਹ ਸਿੰਗਰ ਜਿਹੜੇ ਇਹ ਗਾਣੇ ਗਾਉਂਦੇ ਨੇ ਤੇ ਤੁਸੀਂ ਸਾਰੇ ਜਿਹੜਾ ਇਹਨਾਂ ਗਾਣਿਆਂ ਨੂੰ ਜਿਹੜੇ ਹਿੱਟ ਬਣਾਉਂਦੇ ਬਦਮਾਸ਼ੀ ਨੂੰ ਪ੍ਰਮੋਟ ਕਰਦੇ ਹੋਏ ਗਾਣੇ ਆਉਂਦੇ ਨੇ ਮਿੱਤਰਾਂ ਨੂੰ ਸ਼ੌਕ ਗੋਲੀਆਂ ਚਲਾਉਣ ਦਾ ਜਿੱਥੇ ਹੁੰਦੀ ਹੈ ਪਾਬੰਦੀ ਹਥਿਆਰਾਂ ਦੀ ਨਹੀਂ ਉੱਥੇ ਜੱਟ ਸੈਰ ਕਰਦਾ ਸੋਚਣ ਵਾਲੀ ਗੱਲ ਹੈ ਕਿ ਹਥਿਆਰਾਂ ਦੀ ਪਾਬੰਦੀ ਕਿੱਥੇ ਹੁੰਦੀ ਹੈ ਸਕੂਲਾਂ 'ਚ ਕਾਲਜਾਂ 'ਚ ਮੰਦਰਾਂ 'ਚ ਜਿੱਥੇ ਗਿਆਨ ਦੇ ਚਾਰ ਅੱਖਰ ਮਿਲਣੇ ਹੁੰਦੇ ਨੇ ਤੇ ਤੁਹਾਨੂੰ ਇਹ ਕਹਿ ਰਿਹਾ ਕਿ ਜੇ ਤੁਸੀਂ ਸਕੂਲਾਂ 'ਚ ਜਾ ਕੇ ਕਾਲਜਾਂ 'ਚ ਜਾ ਕੇ ਲੜਾਈਆਂ ਨਾ ਕੀਤੀਆਂ ਗੋਲੀਆਂ ਨਾ ਚਲਾਈਆਂ ਬਦਮਾਸ਼ੀਆਂ ਨਾ ਚਲਾਈਆਂ ਤਾਂ ਤੁਸੀਂ ਹੀਰੋ ਹੀ ਹੈ ਉਹ ਸਾਡੇ ਹੀਰੋ ਬਾਰੇ ਤਾਂ ਸਾਨੂੰ ਦੱਸਿਆ ਹੀ ਨਹੀਂ ਗਿਆ ਤੁਹਾਡੇ ਚੋਂ ਕਿੰਨੀਆਂ ਪਤਾ ਹੈ ਕਿ ਇੰਡੀਆ ਦੀ ਆਜ਼ਾਦੀ ਲਈ 127 ਬੰਦੇ ਫਾਂਸੀ ਤੇ ਚੜੇ ਜਿਨ੍ਹਾਂ 'ਚੋਂ 93 ਪੰਜਾਬੀ ਸੀ ਸਾਨੂੰ ਨਹੀਂ ਪਤਾ ਸਾਨੂੰ ਸਿਰਫ ਦੋ ਤਿੰਨ ਬਾਰੇ ਪਤਾ ਹੈ ਜਿਨ੍ਹਾਂ ਬਾਰੇ ਅਸੀਂ ਪੂਰੀ ਤਰ੍ਹਾਂ ਜਾਣਨ ਦੀ ਕਦੇ ਕੋਸ਼ਿਸ਼ ਹੀ ਨਹੀਂ ਕੀਤੀ ਉਹ ਭਗਤ ਸਿੰਘ ਦਾ ਤੇ ਤੁਸੀਂ ਐਕਸੀ ਵਗਾੜ ਕੇ ਰੱਖ ਦਿੱਤਾ ਖੰਗੇ ਸੀ ਤੇ ਚੰਗੇ ਸੀ ਮੁੱਛ ਦੇ ਹੱਥ ਰੱਖਿਆ ਉਹਨੇ ਗੋਲੀ ਚਲਾਈ ਸੀ ਤੁਹਾਨੂੰ ਕਿੰਨਿਆਂ ਨੂੰ ਇਹ ਗੱਲ ਪਤਾ ਹੈ ਕਿ ਗੋਲੀ ਤੇ ਉਹਨੇ ਇੱਕ ਦਿਨ ਚਲਾਈ ਬਾਕੀ ਸਾਰੀ ਉਮਰ ਭਗਤ ਸਿੰਘ ਨੇ ਕਿਤਾਬਾਂ ਪੜ੍ਹੀਆਂ ਜਿਸ ਦਿਨ ਭਗਤ ਸਿੰਘ ਨੂੰ ਫਾਂਸੀ ਹੋਣੀ ਸੀ ਉਸ ਦਿਨ ਵੀ ਉਹ ਲੈਨਿੰਗ ਦੀ ਇੱਕ ਕਿਤਾਬ ਪੜ੍ਹ ਰਿਹਾ ਸੀ ਤੇ ਜਾਣ ਤੋਂ ਪਹਿਲਾਂ ਉਹ ਕਿਤਾਬ ਦਾ ਪੰਨਾ ਫੋਲਡ ਕਰਕੇ ਗਿਆ ਇਸ ਕਰਕੇ ਨਹੀਂ ਕਿ ਫਾਂਸੀ ਲੱਗਣ ਤੋਂ ਬਾਅਦ ਮੈਂ ਮੋੜੇ ਆ ਕੇ ਉੱਥੋਂ ਕਿਤਾਬ ਪੜ੍ਹਨੀ ਸ਼ੁਰੂ ਕਰ ਦੂੰਗਾ ਇਸ ਕਰਕੇ ਕਿ ਜਿੱਥੋਂ ਤੱਕ ਮੈਂ ਤੁਰਿਆ ਇਸ ਤੋਂ ਅੱਗੇ ਮੇਰੀ ਨੌਜਵਾਨ ਪੀੜ੍ਹੀ ਤੁਰੇ ਤਾੜੀ ਤਾੜੀਆਂ ਵੀ ਆ ਕੀ ਬਾਤ ਕੀ ਬਾਤ ਸਾਡੀ ਨੌਜਵਾਨ ਪੀੜ੍ਹੀ ਕਿੱਥੇ ਚੱਲ ਪਈ ਮਿੱਤਰਾਂ ਨੂੰ ਸ਼ੌਂਕ ਗੋਲੀਆਂ ਚਲਾਉਣ ਦਾ ਉਹ ਮਾਣ ਵਾਲੀਆਂ ਗੱਲਾਂ ਦਾ ਤੇ ਤੁਹਾਨੂੰ ਪਤਾ ਹੀ ਨਹੀਂ ਆ ਕਿਉਂਕਿ ਤੁਸੀਂ ਕਦੀ ਪਤਾ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਸੋ ਲੋੜ ਹੈ ਹਿੰਮਤ ਕਰਨ ਦੀ ਸੋਚਣ ਦੀ ਬਾਬਾ ਆਜ਼ਮੀ ਨੇ ਲਿਖਿਆ ਹੈ ਕਿ ਬੇਹਮਤੇ ਨੇ ਉਹ ਜੋ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾਰ ਕੇ ਪੱਥਰਾਂ ਦਾ ਤੇ ਮੰਜ਼ਲ ਦੇ ਮੱਥੇ ਤੇ ਤਖਤੀ ਲੱਗਦੀ ਉਹਨਾਂ ਦੀ ਜੋ ਘਰੋਂ ਬਣਾ ਕੇ ਤੁਰਦੇ ਨੇ ਨਕਸ਼ਾ ਆਪਣੇ ਸਫਰਾਂ ਦਾ ਆਪਣੇ ਸਫਰਾਂ ਦੇ ਨਕਸ਼ੇ ਤੁਹਾਨੂੰ ਘਰਾਂ ਹੀ ਬਣਾ ਕੇ ਤੁਰਨੇ ਪੈਣਗੇ ਲਾਸ਼ਾਂ ਚੁੱਕਣ ਨਾਲੋਂ ਚੰਗਾ ਹੈ ਕਿ ਅਸੀਂ ਜ਼ਿੰਮੇਵਾਰੀਆਂ ਚੁੱਕ ਲਈਏ ਸਾਡੀ ਇਸ ਕੁਰਾਹੇ ਪੈ ਗਈ ਪੀੜ੍ਹੀ ਨੂੰ ਇੱਕ ਰਾਹ ਤੇ ਲੈ ਕੇ ਆਉਣ ਦੀ ਲੋੜ ਹੈ ਜਿਹਦੇ ਵਿੱਚ ਸਾਨੂੰ ਤੁਹਾਡੇ ਸਭ ਦੇ ਸਾਥ ਦੀ ਲੋੜ ਅਸੀਂ ਇਕੱਲੇ ਕੁਝ ਨਹੀਂ ਕਰ ਸਕਦੇ ਸਾਡਾ ਤੇ ਉਹ ਹਿਸਾਬ ਹੈ ਕਹਿੰਦੇ ਕਿ ਇੱਕ ਜਵਾਹ ਇੱਕ ਜੰਗਲ 'ਚ ਅੱਗ ਲੱਗ ਗਈ ਤੇ ਇੱਕ ਚਿੜੀ ਆਪਣੇ ਚੁੰਝਾਂ 'ਚ ਪਾਣੀ ਭਰੀ ਜਾਵੇ ਤੇ ਉਸ ਜੰਗਲ 'ਚ ਪਾਈ ਜਾਵੇ ਤੇ ਕਿਸੇ ਨੇ ਉਸ ਚਿੜੀ ਨੂੰ ਪੁੱਛਿਆ ਕਿ ਤੇਰੇ ਆ ਚੁੰਝਾਂ 'ਚ ਪਾਣੀ ਭਰ ਕੇ ਪਾਣੀ ਕੀ ਹੋ ਜਾਊਗਾ ਕਹਿੰਦੇ ਮੈਨੂੰ ਇਹ ਤੇ ਨਹੀਂ ਪਤਾ ਕਿ ਕੀ ਹੋ ਜਾਊਗਾ ਪਰ ਜਦੋਂ ਵੀ ਇਤਿਹਾਸ ਲਿਖਿਆ ਜਾਊਗਾ ਮੇਰਾ ਨਾਂ ਅੱਗ ਲਾਉਣ ਵਾਲੇ 'ਚ ਨਹੀਂ ਅੱਗ ਬੁਝਾਉਣ ਵਾਲੇ ਤਾੜੀਆਂ ਵੀ ਤਾੜੀਆਂ ਵਾਹ ਵਾਹ ਕੀ ਬਾਤ ਪੰਜਾਬ ਨੂੰ ਬਚਾਉਣ ਦੀ ਆਪਣੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੀ ਜਿਹਦੇ ਵਿੱਚ ਸਾਨੂੰ ਤੁਹਾਡੇ ਸਾਥ ਦੀ ਲੋੜ ਹੈ ਸਾਡੀ 6 ਜਾਣਿਆਂ ਦੀ ਟੀਮ ਹੈ ਅਗਰ ਤੁਹਾਨੂੰ ਸਾਡਾ ਇਹ ਨਾਟਕ ਅੱਛਾ ਲੱਗਾ ਤੁਸੀਂ ਸਾਡੀ ਕੋਈ ਵੀ ਫਾਈਨੈਂਸ਼ੀਅਲੀ ਹੈਲਪ ਕਰਨਾ ਚਾਹੋ ਆਪਣੀ ਮਰਜ਼ੀ ਦੇ ਨਾਲ ਤੇ ਕਰ ਸਕਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰਿੰਸੀਪਲ ਸ਼ਰਦਾ ਜਿਹੜੇ ਤੁਸੀਂ ਬਹੁਤ ਕਿਸਮਤ ਵਾਲੇ ਕਿ ਤੁਹਾਨੂੰ ਇਹੋ ਜਿਹੇ ਸਰ ਮਿਲੇ ਹੋਏ ਨੇ ਜਿਹੜੇ ਇੱਕ ਚੰਗੀ ਸੋਚ ਨੂੰ ਤੁਹਾਡੇ ਤੱਕ ਲੈ ਕੇ ਆਉਣਾ ਚਾਹੁੰਦੇ ਨੇ ਜਿਹੜੇ ਚਾਹੁੰਦੇ ਨੇ ਕਿ ਤੁਸੀਂ ਸਿਰਫ ਇਸ ਸਕੂਲ ਤੱਕ ਹੀ ਨਹੀਂ ਜਦੋਂ ਤੁਸੀਂ ਇਸ ਸਕੂਲ ਤੋਂ ਨਿਕਲੋ ਤੁਸੀਂ ਤਦ ਵੀ ਚੰਗੇ ਬਣੋ ਅਗਰ ਤੁਸੀਂ ਤੁਹਾਨੂੰ ਕਾਮਯਾਬੀ ਮਿਲਦੀ ਹੈ ਤੇ ਉਹਨਾਂ ਦਾ ਮਾਣ ਸੋ ਤੁਸੀਂ ਬਹੁਤ ਮਾਣ ਵਾਲੇ ਹੋ ਤੁਹਾਨੂੰ ਮਾਣ ਹੋਣਾ ਚਾਹੀਦਾ ਹੈ ਉਹਨਾਂ ਟੀਚਰਸ ਤੇ